ਸਲਾਮ ਅਲੈਕੁਮ ਜੀ, ਦਾਨਿਸ਼ ਐਗਰੀਕਲਚਰ 'ਚ ਖੁਸ਼ ਆਮਦੀਦ। 8ਵਾਂ ਮੁਹਰਮ ਅੱਜ ਤਾਂ ਮੰਡੀ ਦੇ ਵਿੱਚ ਚੰਗਾ ਰਸ਼ ਲੱਗਾ ਹੋਇਆ। ਚੈੱਕ ਕਰੋ, ਹਰ ਪਾਸੇ ਰਾਹ ਹੀ ਨਹੀਂ ਹੈ ਲੰਘਣ ਨੂੰ। ਕਪਾਹ ਨੇ, ਨਵੇਂ ਤਿਲਾਂ ਨੇ, ਕਣਕ ਨੇ, ਚੰਗਾ ਰਸ਼ ਲਾਇਆ ਹੋਇਆ ਵਾ। ਅਤੇ ਆਹ ਚੈੱਕ ਕਰੋ, ਅੱਜ ਤੁਹਾਨੂੰ ਕਣਕ ਦੇ ਰੇਟ ਦੇ ਵਿੱਚ ਕੱਲ੍ਹ ਦੀ ਨਿਸਬਤ ਅੱਜ ਮਜ਼ੀਦ ਇਜ਼ਾਫਾ ਹੋ ਗਿਆ। ਅਤੇ ਆਹ ਚੈੱਕ ਕਰੋ, ਗੰਦਮ ਜਿਹੜੀ ਹੈ ਪਈ ਹੋਈ, ਇੱਧਰ ਨਵੇਂ ਤਿਲ ਵੀ ਪਏ ਹੋਏ ਆ। ਅਤੇ ਕਣਕ ਚੈੱਕ ਕਰੋ ਸਭ ਤੋਂ ਪਹਿਲੇ, ਮਾਸ਼ਾਅੱਲਾ ਚੰਗੀ ਸਾਫ਼ ਸੁਥਰੀ ਕਣਕ ਆ। ਚਾਚਾ ਕਿੰਨੇ, 2800 ਕਿੰਨੇ? 2850 ਅਤੇ 50 ਰੁਪਏ ਵਿਕੀ ਹੈ। ਕੱਲ੍ਹ ਸੁਬਹਾ ਦਾ ਜਿਹੜਾ ਰੇਟ ਸੀ 2800-9-10 ਰੁਪਏ ਸੀਗੇ, ਕੱਲ੍ਹ 2816 ਸੀ, ਅੱਜ ਮਜ਼ੀਦ ਇਜ਼ਾਫਾ ਹੋ ਗਿਆ। 2800 ਅਤੇ 50 ਰੁਪਏ ਕਣਕ ਵਿਕੀ ਹੈ। ਅਤੇ ਆਹ ਨਾਲ ਮੂੰਗੀ ਪਈ ਹੋਈ ਹੈ, ਤਿਲ ਪਏ ਹੋਏ, ਇਹਨਾਂ ਦੀ ਹਲੇ ਬੋਲੀ ਨਹੀਂ ਲੱਗੀ। ਮੱਕੀ ਜਿਹੜੀ ਹੈ 2050 ਰੁਪਏ ਤੱਕ ਆ, ਕਪਾਹ 2800 ਰੁਪਏ ਤੱਕ ਆ, ਠੀਕ ਹੋ ਗਿਆ ਜੀ। ਬਾਕੀ ਕਣਕ ਦੇ ਰੇਟ ਦੇ ਵਿੱਚ ਅੱਜ ਕੁਛ ਇਜ਼ਾਫਾ ਦੇਖਿਆ ਜਾ ਰਿਹਾ ਵਾ। ਜਿਹੜਾ ਖਾਨੇਵਾਲ ਦੇ ਵਿੱਚ ਹਕੂਮਤੀ ਰੇਟ ਆ 2800 ਰੁਪਏ, ਅਤੇ 50 ਰੁਪਏ ਇਜ਼ਾਫੇ ਦੇ ਨਾਲ 2800 ਅਤੇ 50 ਰੁਪਏ ਅੱਜ ਵਿਕੀ ਆ, ਠੀਕ ਹੋ ਗਿਆ ਜੀ। ਬਾਕੀ ਤੁਹਾਡੇ ਇਲਾਕੇ ਦੇ ਵਿੱਚ ਕੀ ਰੇਟ ਆ, ਕਿਸ ਹਿਸਾਬ ਨਾਲ ਜੀਨਸ ਵਿਕਦੀ ਪਈ ਆ, ਸਾਨੂੰ ਕਮੈਂਟਸ 'ਚ ਜ਼ਰੂਰ ਦੱਸਿਓ। ਇਨਸ਼ਾਅੱਲਾ ਇੱਕ ਨਵੀਂ ਵੀਡੀਓ ਦੇ ਨਾਲ ਦੁਬਾਰਾ ਹਾਜ਼ਰ ਹੋਵਾਂਗੇ। ਅੱਲਾ ਹਾਫਿਜ਼।